ਸੇਵਾ ਕੋ ਦੋ ਭਲੇ, ਦੋ ਜਾਣੇ ਸੇਵਾ ਕਰ ਸਕਦੇ ਨੇ, ਬਾਕੀ ਸਭ ਪ੍ਰਪੰਚ ਹੈ। ਦੋ ਸੇਵਾ ਆਦਮੀ ਕਰ ਸਕਦੇ ਨੇ ਸੇਵਾ, ਤੀ ਆਦਮੀ ਸੇਵਾ ਹੀ ਨਹੀਂ ਕਰ ਸਕਦਾ। ਜੇ ਸੇਵਾ ਨਹੀਂ ਫਿਰ ਪ੍ਰਪੰਚ ਹੈ। ਇੱਕ ਸੰਤ ਇੱਕ ਰਾਮ, ਨਾ ਸੰਤ ਜਨਮ ਲੈਂਦਾ ਇੱਥੇ, ਨਾ ਰਾਮ ਜਨਮ ਲੈਂਦਾ, ਸੇਵਾ ਦੋ ਹੀ ਕਰ ਸਕਦੇ ਨੇ। ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬੇ ਨੂੰ, ਜੇ ਸੰਤ ਨਾਮ ਜਪਾਵੇ ਤਾਂ ਨਾਮ ਜਪਿਆ ਜਾ ਸਕਦਾ, ਕਿਉਂ ਸੰਤ ਅੰਦਰ ਲੈ ਆਪ ਜਪਾਏ ਜਪੇ ਸੋ ਨਾਮ, ਆਪਣੇ ਆਪ ਨੂੰ ਆਪੇ ਨਾਮ ਜਪਾਉਣਾ, ਆਪ ਉਪਦੇਸ਼ੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ, ਆਪ ਦਾ ਮਤਲਬ ਇੱਥੋਂ ਲੈਣਾ ਸੀ। ਇਹਨਾਂ ਦਾ ਸੰਤ ਵਿਵਹਾਰ ਬਣਾ ਲਿਆ, ਇੱਕ ਤਾਂ ਅੰਦਰਲਾ ਹੈਗਾ ਸਾਡੇ ਜਿਹੜਾ ਸਾਹ ਲੈਂਦਾ ਉਹ ਸੇਵਾ ਕਰ ਸਕਦਾ, 84 ਲੱਖ ਜੂਨ ਚ ਉਹਨੇ ਸੇਵਾ ਹੀ ਕੀਤੀ, ਸਾਹ ਲਿਆ ਸਰੀਰ ਅਸੀਂ ਵਰਤਿਆ, ਇੱਥੇ ਤਾਂ ਲਿਆ ਕੇ ਚੜਾ ਤਾ, ਇੱਥੋਂ ਦਫਾ ਹੋਣਾ ਛਾਲ ਮਾਰਦਾ ਥੱਲੇ ਨੂੰ। ਗੁਰ ਸੇਵਾ, ਸੇਵਾ ਕੀਤੀ ਨਾ, ਸੇਵਾ ਕੋ ਦੋ ਬਦਲੇ, ਇੱਕ ਸੰਤ ਇੱਕ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਭਾਈ। ਹੁਣ ਆਇਆ ਅਰਥ, ਆਇਆ ਅਰਥ ਉਹ ਸੇਵਾ ਹੀ ਕਰਦਾ ਆਇਆ, ਇੰਨੀਆਂ ਜੂਨਾਂ ਲਈਆਂ ਨੇ ਉਹਨੂੰ ਸੇਵਾ ਹੀ ਕੀਤੀ ਹੈ, ਤਾਂ ਇੱਥੇ ਤੇ ਤੈਨੂੰ ਚੱਕ ਕੇ ਲਿਆ ਗੋਦੀ ਚਾੜਿਆ ਇੱਥੇ ਤੱਕ, ਹੁਣ ਤੂੰ ਛਾਲ ਮਾਰਦਾ ਥੱਲੇ ਨੂੰ, ਇਹ ਖੂਹ 'ਚ ਡਿੱਗਣ ਨੂੰ ਫਿਰ ਤਿਆਰ ਹੈ। ਇੱਥੇ ਸਹੀ ਨਹੀਂ ਸੀ, ਇਹਦੇ ਅੰਦਰ ਇੱਛਾ ਪੈਦਾ ਹੋਈ, ਇੱਥੇ ਸ਼ਰੀਕ ਖੁਦਾ ਬਣ ਗਿਆ। ਆਪ ਸੰਤ ਦੀ ਤਾਂ ਗੱਲ ਹੀ ਨਹੀਂ ਸੁਣਦਾ ਹੈ। ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬੇ ਨਾ, ਜਦ ਰਾਮ ਹੋ ਜਾਣਾ ਨਾ ਸੰਤ ਤੋਂ, ਜਦ ਸੰਤ ਬੋਲਣ ਲੱਗ ਜਾਂਦਾ ਨਾ ਸੰਤ, ਸੇਵਾ ਹੁੰਦੀ ਹੈ ਬਗੈਰ ਬੋਲੇ ਤੇ। ਦੇਖੋ ਸੇਵਾ 'ਚ ਉਪਦੇਸ਼ ਨਹੀਂ ਹੁੰਦਾ, ਜਿਹੜਾ ਸਾਹ ਲੈਂਦਾ ਬੋਲਦਾ ਨਹੀਂ ਹੈ ਕੁਛ, ਸੇਵਾ ਕਰਦਾ ਸਰ। ਜਦ ਉਪਦੇਸ਼ ਕਰਦਾ ਉਹ ਤੁਰਕੀ ਬਾਣੀ ਦਾ, ਫਿਰ ਉਹ ਰਾਮ ਹੈ। ਜਦ ਬੋਲਦਾ ਤਾਂ ਰਾਮ ਹੈ, ਜਾਂ ਸਾਹ ਲੈਂਦਾ ਤਾਂ ਸੰਤ ਹੈ। ਬੋਲਣ ਵੇਲੇ ਰਾਮ ਹੈ ਉਹ, ਜਾਂ ਬੋਲਦਾ ਨਹੀਂ ਚੁੱਪ ਹੈ, ਸਾਰੀਆਂ ਜੂਨਾਂ 'ਚ ਚੁੱਪੇ ਚੱਲਿਆ ਹੈ। ਰਾਮ ਤਾਂ ਹੁਣ ਆ ਕੇ ਹੋਇਆ, ਸਭੇ ਘਰ ਰਾਮ ਬੋਲਿਆ। ਇਹਦਾ ਜਦ ਪੁੱਠੇ ਕੰਮ ਕਰਨ ਲੱਗਿਆ ਤਾਂ ਉਹਨੂੰ ਬੋਲਣਾ ਪਿਆ, ਵਰਨਾ ਕਿਸੇ ਜਨਮ 'ਚ ਨਹੀਂ ਹੋਰ ਬੋਲਿਆ, ਬੋਲਣ ਦੀ ਲੋੜ ਕਿਸੇ ਜਨਮ ਨੂੰ ਵੀ ਉਪਦੇਸ਼ ਨਹੀਂ, ਐਸੇ ਜਨਮ ਨੂੰ ਉਪਦੇਸ਼ ਹੈ ਗ੍ਰੰਥ ਬਣੇ ਨੇ। ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬ ਹੈ, ਤੇ ਬਾਕੀ ਕੋਈ ਵੀ ਸੇਵਾ ਨਹੀਂ ਹੈ ਕਰ ਸਕਦਾ। ਜੇ ਲੋਕ ਭਲਾਈ ਤੁਸੀਂ ਕਰਦੇ ਹੋ ਤਾਂ ਬੁਰਾਈ ਪਰਮੇਸ਼ਰ ਕਰਦਾ ਫਿਰ, ਜੇ ਲੋਕਾਂ ਨੂੰ ਕੋਈ ਦੁੱਖ ਦਿੰਦਾ ਹੈ ਉਹ ਪਰਮੇਸ਼ਰ ਹੈ, ਰੋਗ ਦੇਣ ਵਾਲਾ ਪਰਮੇਸ਼ਰ ਹੈ, ਦਵਾਈ ਦੇਣ ਵਾਲੇ ਤੁਸੀਂ। ਇਹ ਹੋ ਗਿਆ ਨਾ ਫਿਰ, ਪਰਮੇਸ਼ਰ ਨੇ ਕੋਈ ਗਲਤੀਆਂ ਕੀਤੀਆਂ ਨੇ, ਇਹ ਉਹਦੇ ਵਸ ਤੋਂ ਬਾਹਰ ਚਲੀ ਗਈ, ਔਲਾਦ ਜ਼ਿਆਦਾ ਸੀ ਉਹਦੀ, ਔਲਾਦ ਭੁੱਖੀ ਮਰਦੀ ਹੈ, ਉਹ ਨਲਾਇਕ ਪਰਮੇਸ਼ਰ ਹੈ।
ਔਲਾਦ ਨੂੰ ਉਹਦੀ ਨੂੰ ਅਸੀਂ ਪਾਲਦੇ ਹਾਂ, ਇਹ ਧਾਰਨਾ ਹੋ ਗਈ ਫਿਰ ਤਾਂ। ਇਹ ਸਭ ਇਹ ਲੋਕਾਂ ਦੀ ਮੱਤ, ਜਦੋਂ ਮੱਤ ਮਾਰੀ ਜਾਂਦੀ ਹੈ ਨਾ ਫਿਰ ਇਹ ਰਾਪਿੰਦ, ਇਹਦਾ ਮਤਲਬ ਮੱਤ ਮਾਰੀ ਗਈ ਜਦੋਂ ਦੀ। ਇਹ ਸਭ ਪ੍ਰਪੰਚ ਬਣ ਗਿਆ। ਅਸਲ ਦੇ ਵਿੱਚ ਗੱਲ ਇਹ ਹੈ ਉਹਨਾਂ ਦੇ ਅੰਦਰ ਇੱਛਾ ਹੋਰ ਹੈ, ਪ੍ਰਪੰਚ ਦੇ ਪਿੱਛੇ ਉਹਨਾਂ ਦੀ ਇੱਛਾ ਹੈ ਆਪ ਮਾਇਆਧਾਰੀ ਬਣਨ ਦੀ, ਹਰਾਮਖੋਰੀ ਦੀ ਇੱਛਾ। ਨੌ ਨੰਦਨ ਸੇਵਾ ਦਾ ਗੱਲ ਹੋਰ ਹੈ ਵਿੱਚ, ਪਤਾ ਲੱਗੀ ਤਾਂ ਕਿਹੜਾ ਛੱਡਦੇ ਨੇ, ਜਾਂ ਪਤਾ ਲੱਗ ਜਾਂਦੀ ਹੈ ਵੀ ਗੱਲ ਤਾਂ ਫਿਰ ਕਿਹੜਾ ਛੱਡਦੇ ਨੇ, ਪਤਾ ਲੱਗੇ ਤਾਂ ਛੱਡ ਦੇਣ, ਫਿਰ ਬੰਦੇ ਆ ਵੀ ਉਹਨਾਂ ਦੀ ਗਲਤੀ ਨਹੀਂ ਸੀ, ਜਾਂ ਪਤਾ ਲੱਗੇ ਤਾਂ ਵੀ ਨਹੀਂ ਛੱਡਦੇ। ਉੱਥੇ ਸੀ ਉਹ ਪਿੰਗਲਵਾੜਾ, 500-700 ਆਦਮੀ ਪਿੰਗਲਵਾੜੇ ਦਾ ਹੋਊਗਾ, 500-700 ਆਦਮੀ ਸੰਦੂਖੜੀਆਂ ਲਈ ਫਿਰਦਾ, ਚੰਗਾ ਭਲਾ ਹੱਟਾ ਖੱਟਾ ਉਹ ਕਹਿੰਦੇ ਫਿਰਦਾ। ਉਹ ਵਿਹਲਿਆਂ ਦੀ ਫੌਜ ਬਣਾਤੀ, ਉਹ ਤਾਂ 500-700 ਆਦਮੀ ਜਿਹੜਾ ਸੰਦੂਖੜੀਆਂ ਲਈ ਫਿਰਦਾ, ਜੇ ਉਹ ਕਿਰਤ ਕਰਕੇ ਖੜਾਵੇ ਕਿਸੇ ਤੇ ਮੰਗਣ ਦੀ ਲੋੜ ਹੀ ਨਹੀਂ। ਉਹ 500-700 ਆਦਮੀ ਸੇਵਾ ਤਾਂ ਸੀ ਕਿਰਤ ਕਰਦੇ, ਪਿੰਗਲਵਾੜੇ ਨੂੰ ਦੇਈ ਜਾਂਦੇ ਅਤੇ ਨਾਲੇ ਆਪਣੇ ਬੱਚੇ ਪੜ੍ਹਦੇ, ਫਿਰ ਅਸੀਂ ਮੰਨਦੇ ਸੇਵਾ। ਉਹ ਸੇਵਾ ਕਾਹਦੀ ਹੈ, ਕੱਪੜੇ ਕਿੰਨੇ ਆਉਂਦੇ ਨੇ, ਗੋਲਫਾਂ ਕਿੱਥੇ ਕਿੱਥੇ ਰੱਖੇ ਨੇ, ਅਰਬਾਂ ਰੁਪਈਏ ਤੁਹਾਡੇ ਕੋਲ ਨੇ ਸੇਵਾ, ਇਹ ਪ੍ਰਪੰਚ ਨੇ ਸਭ। ਫਿਰ ਪਿੰਗਲੇ ਕਹਿੰਦੇ ਸਾਰੇ ਤੁਸੀਂ ਲੈ ਲਿਆ, ਜਿਹੜੇ ਬਾਹਰ ਫਿਰਦੇ ਨੇ ਤੁਰੇ, ਇਹ ਮੈਂ ਗਊਸ਼ਾਲਾ, ਇਹ ਸਭ ਪ੍ਰਪੰਚ ਨੇ। ਕਰਨਾ ਕੁਛ ਹੋਰ ਹੁੰਦਾ, ਨਾ ਉਹਦਾ ਫੱਟਾ ਬੋਰਡ ਲਾ ਲੈਂਦੇ ਨੇ।